ਵਿਦਿਆਰਥੀਓ ਮੈਂ ਅਮਨਦੀਪ ਕੌਰ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪੜ੍ਹਾਂਗੇ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਗਾਤ ਵਿਚਲਾ ਪਾਠ 3 ਹਰਦੁਆਰ ਦੀ ਸਾਖੀ ਇਸ ਪਾਠ ਵਿੱਚ ਫੋਕੇ ਕਰਮ ਕਾਂਡਾਂ ਨੂੰ ਕੱਢ ਕੇ ਲੋਕਾਂ ਨੂੰ ਧਰਮ ਦੀ ਕਿਰਤ ਅਤੇ ਪ੍ਰਭੂ ਦਾ ਨਾਮ ਦਾ ਜਪਣ ਦਾ ਉਪਦੇਸ਼ ਦਿੱਤਾ ਗਿਆ ਹੈ ਹਰਦੁਆਰ ਬਾਰੇ ਤੁਸੀਂ ਜਾਣਦੇ ਹੋ ਇਹ ਹਿੰਦੂਆਂ ਦਾ ਧਾਰਮਿਕ ਸਥਾਨ ਹੈ ਜਿੱਥੇ अनेका ਲੋਕ ਮੱਥਾ ਟੇਕਣ ਲਈ ਜਾਂਦੇ ਹਨ ਤੇ ਇਹ ਗੰਗਾ ਨਦੀ ਦੇ ਕਿਨਾਰੇ ਸਥਾਪਿਤ ਹੈ ਜਿੱਥੇ ਲੋਕ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਹਨ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਣੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀ ਤੁਸੀਂ ਜਾਣਦੇ ਹੋ ਕਿ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਇਸੇ ਕਰਕੇ ਉਹਨਾਂ ਨੂੰ ਸਿੱਖ ਧਰਮ ਦੇ ਬਾਨੀ ਕਿਹਾ ਜਾਂਦਾ ਹੈ। ਉਹਨਾਂ ਦੇ ਆਗਮਨ ਤੋਂ ਪਹਿਲਾਂ ਆਗਮਨ ਭਾਵ ਉਹਨਾਂ ਦੇ ਇਸ ਦੁਨੀਆ ਉੱਪਰ ਆਉਣ ਤੋਂ ਪਹਿਲਾਂ ਆਗਮਨ ਭਾਵ ਆਉਣਾ। ਆਗਮਨ ਤੋਂ ਪਹਿਲਾਂ ਸਾਰੀ ਲੋਕਾਈ, ਲੋਕਾਈ ਭਾਵ ਸਾਰੀ ਦੁਨੀਆ ਲੋਕ ਕਰਮ ਕਾਂਡਾਂ, ਵਹਿਮਾਂ ਪਰਮਾਂ ਅਤੇ ਫੋਕੇ ਰੀਤੀ ਰਿਵਾਜਾਂ ਦੇ ਹਨੇਰੇ ਵਿੱਚ ਪਟਕ ਰਹੇ ਸਨ। ਜੁਲਮ ਅਤੇ ਅਤਿਆਚਾਰ ਦੀ ਮਾਨੋ ਹਨੇਰੀ ਛਲ ਰਹੀ ਸੀ ਆਮ ਲੋਕ ਗਰੀਬ ਲੋਕ ਤਰਾਤਰਾ ਕਰ ਰਹੇ ਸਨ ਤਰਾਤਰਾ ਤੋਂ ਪਾਪ ਹੈ ਤਰਾਤਰਾ ਕਰਨਾ ਤੋਂ ਪਾਪ ਹੈ ਕਿ ਬਹੁਤ ਜ਼ਿਆਦਾ ਡਰੇ ਹੋਣਾ ਹਾਹਾਕਾਰ ਮੱਚੀ ਹੋਣੀ ਗੁਰੂ ਨਾਨਕ ਦੇਵ ਜੀ ਨੇ ਆਮ ਲੋਕਾਂ ਗਰੀਬ ਲੋਕਾਂ ਦੇ ਦੁੱਖ ਦਰਦਾਂ ਨੂੰ ਸਮਝਿਆ ਉਹਨਾਂ ਨੂੰ ਗਿਆਨ ਦੀ ਰੋਸ਼ਨੀ ਵਿੱਚ ਲਿਆਂਦਾ ਅਗਿਆਨਤਾ ਦੇ ਅੰਧਕਾਰ ਨੂੰ ਮਿਟਾਇਆ ਅੰਧਕਾਰ ਦਾ ਉਹ ਹਨੇਰਾ ਪਾਬ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ ਦੇ ਕੇ ਲੋਕਾਂ ਨੂੰ ਵਹਿਮਾਂ ਪਰਮਾ ਕਰਮ ਕਾਂਡਾਂ ਦੇ ਵਿੱਚੋਂ ਮੁਕਤ ਕੀਤਾ। ਉਹਨਾਂ ਨੂੰ ਗਿਆਨ ਦੀ ਰੋਸ਼ਨੀ ਦਿੱਤੀ। ਆਪਣੀ ਇਲਾਹੀ ਬਾਣੀ ਨਾਲ ਤਪ ਦੇ ਹਿਰਦਿਆਂ ਨੂੰ ਠਾਰਿਆ। ਸਹੀ ਜੀਵਨ ਜਾਚ ਸਿਖਾਈ। ਜਗਤ ਦੇ ਭੱਲੇ ਲਈ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਆਰੰਭ ਕੀਤੀ। ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਉਦਾਸੀਆ ਪਾਵ ਯਾਤਰਾਮਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਲੀ ਪਟਕੀ ਦੁਨੀਆ ਨੂੰ ਸਿੱਧੇ ਰਾਹ ਦੇ ਪਾਉਣ ਲਈ ਯਾਤਰਾਮਾ ਕੀਤੀ ਉਹਨਾਂ ਯਾਤਰਾਮਾਂ ਨੂੰ ਹੀ ਉਦਾਸੀਆਂ ਦਾ ਨਾਮ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਗੁਰੂ ਜੀ ਹਰਦਵਾਰ ਪਹੁੰਚੇ ਹਰਦਵਾਰ ਜਿਹੜਾ ਕਿ ਹਿੰਦੂਆਂ ਦਾ ਧਾਰਮਿਕ ਸਥਾਨ ਹੈ ਪ੍ਰਸਿੱਧ ਧਾਰਮਿਕ ਸਥਾਨ ਹਰਦਵਾਰ ਹਿੰਦੂ ਧਰਮ ਦਾ ਬਹੁਤ ਵੱਡਾ ਤੀਰਸਥਾਨ ਹੈ। ਇਹ ਗੰਗਾ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ, ਇਹ ਹਰਦਵਾਰ ਦੀ ਤਸਵੀਰ ਹੈ। ਇਹ ਗੰਗਾ ਨਦੀ ਦੇ ਕਿਨਾਰੇ ਸੁਸ਼ੋਭਿਤ ਹੈ। ਗੁਰੂ ਜੀ ਨੇ ਵੇਖਿਆ ਕਿ ਵੱਡੀ ਗਿਣਤੀ ਵਿੱਚ ਲੋਕ ਇਸ਼ਨਾਨ ਕਰ ਰਹੇ ਹਨ ਅਤੇ ਸੂਰਜ ਵੱਲ ਪਾਣੀ ਸੁੱਟ ਰਹੇ ਹਨ। ਉਸ ਸਮੇਂ ਜਦੋਂ ਉਹ ਹਰਦਵਾਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਗੰਗਾ ਨਦੀ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਸ਼ਨਾਨ ਕਰ ਰਹੇ ਹਨ ਅਤੇ ਸੂਰਜ ਵੱਲ ਨੂੰ ਪਾਣੀ ਸੁੱਟ ਰਹੇ ਹਨ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਸੂਰਜ ਵੱਲ ਸੁੱਟਿਆ ਪਾਣੀ ਉਹਨਾਂ ਦੇ ਪਿਤਰਾਂ ਤੱਕ ਪਹੁੰਚਦਾ ਹੈ ਪਿਤਰ ਭਾਵ ਮਰੇ ਹੋਏ ਲੋਕ ਜਿਹੜੇ ਉਹਨਾਂ ਦੇ ਪੂਰਵਜ ਪਹਿਲਾਂ ਉਹਨਾਂ ਦੇ ਦਾਦੇ ਪਰਦਾਦੇ ਵੱਡੇ ਬਡੇਰੇ ਜੋ ਮਰ ਚੁੱਕੇ ਹਨ ਉਹ ਉਹਨਾਂ ਨੂੰ ਇਸ ਵਿਸ਼ਵਾਸ ਦੇ ਨਾਲ ਪਾਣੀ ਦੇ ਰਹੇ ਸਨ ਸੂਰਜ ਵੱਲ ਨੂੰ ਮੂੰਹ ਕਰਕੇ ਕਿ ਜਿਹੜਾ ਉਹ ਪਾਣੀ ਆ ਉਹਨਾਂ ਦੇ ਪਿਤ੍ਰਾਂ ਵੱਲ ਪਹੁੰਚੇਗਾ ਆਪਣੇ ਵੱਡੇ-ਵਡੇਰਿਆਂ ਤੱਕ ਪਹੁੰਚੇਗਾ ਜਿਹੜੇ ਕਿ ਕਿਸੇ ਹੋਰ ਲੋਕ ਵਿੱਚ ਹਨ ਉਹ ਲੋਕ ਪੂਰਬ ਵਿੱਚ ਹੈ ਜਿੱਥੋਂ ਸੂਰਜ उगਦਾ ਹੈ ਉਹ ਲੋਕ ਭਾਵ ਜਿੱਥੇ ਉਹਨਾਂ ਦੇ ਵੱਡੇ-ਵਡੇਰੇ ਹੁਣ ਰਹਿ ਰਹੇ ਹਨ ਉਹ ਲੋਕ ਲੋਕਾਂ ਕਹਿੰਦੇ ਜਿਹੜਾ ਉਹ ਪੂਰਬ ਵਿੱਚ ਹੈ ਜਿਸ ਪਾਸਿਓਂ ਸੂਰਜ उगਦਾ ਹੈ ਇਸੇ ਵਿਸ਼ਵਾਸ ਨਾਲ ਉਹ ਪੂਰਬ ਵੱਲ ਨੂੰ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਦੇ ਰਹੇ ਸਨ ਗੁਰੂ ਨਾਨਕ ਦੇਵ ਜੀ ਵੀ ਆਮ ਯਾਤਰੀਆਂ ਦੀ ਤਰ੍ਹਾਂ ਗੰਗਾ ਨਦੀ ਵਿੱਚ ਚਲੇ ਗਏ ਉਹਨਾਂ ਲੋਕਾਂ ਨੂੰ ਦੇਖ ਕੇ ਗੁਰੂ ਜੀ ਵੀ ਗੰਗਾ ਨਦੀ ਵੱਲ ਚਲੇ ਗਏ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਲੋਕਾਂ ਦੇ ਉਲਟ ਪੱਛਮ ਵੱਲ ਪਾਣੀ ਸੁਟਣਾ ਸ਼ੁਰੂ ਕਰ ਦਿੱਤਾ ਕਿ ਮੇਕੀ ਤੁਸੀਂ ਦੇਖਿਆ ਕਿ ਲੋਕ ਜਿਹੜੇ ਉਹ ਪੂਰਬ ਵੱਲ ਨੂੰ ਪਾਣੀ ਸੁੱਟ ਰਹੇ ਸਨ ਜਿਸ ਪਾਸਿਓਂ ਸੂਰਜ ਚੁੱਕਦਾ ਹੈ ਤਾਂ ਗੁਰੂ ਜੀ ਨੇ ਉਹਨਾਂ ਦੇ ਉਲਟ ਦਿਸ਼ਾ ਵਿੱਚ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਕੁਝ ਲੋਕ ਜਿਹੜੇ ਗੁਰੂ ਜੀ ਦੇ ਨੇੜੇ ਹੀ ਸਨ ਉਹਨਾਂ ਨੇ ਗੁਰੂ ਜੀ ਨੂੰ ਟੋਕਿਆ ਕਿ ਉਹ ਗਲਤ ਕਰ ਰਹੇ ਹਨ ਕਿਉਂਕਿ ਉਹ ਤਾਂ ਉਸ ਸਮੇਂ ਉਹਨਾਂ ਦਾ ਵਿਸ਼ਵਾਸ ਸੀ ਕਿ ਸੂਰਜ ਵੱਲ ਨੂੰ ਪਾਣੀ ਦੇਣਾ ਹੈ ਇਸ ਲਈ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਉਲਟੀ ਦਿਸ਼ਾ ਵੱਲ ਨੂੰ ਪਾਣੀ ਦੇਣ ਲੱਗੇ ਤਾਂ ਉਹ ਜੋ ਨਾਲ ਲੋਕ ਖੜੇ ਸਨ ਉਹਨਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਕਿ ਇਹ ਗਲਤ ਹੈ ਪਰ ਗੁਰੂ ਜੀ ਨੇ ਇਸ ਤਰ੍ਹਾਂ ਵਰਤਾਓ ਕੀਤਾ ਜਿਵੇਂ ਉਹਨਾਂ ਕੋਲ ਕਿਸੇ ਦੀ ਗੱਲ ਸੁਣਨ ਦੀ ਵਿਹਲ ਨਹੀਂ ਹੈ ਉਹ ਬਹੁਤ ਜਲਦੀ ਵਚਨ ਅਤੇ ਛੇਤੀ ਛੇਤੀ ਪਾਣੀ ਸੁੱਟਣ ਲੱਗੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸ਼ੋਰ ਮਚ ਗਿਆ ਭੀੜ ਵਿੱਚੋਂ ਇੱਕ ਬੋਲਿਆ ਪਹਿਲਾ ਆਦਮੀ ਬੋਲਿਆ ਵੇਖੋ ਲੋਕੋ ਔ ਸਾਧੂ ਕੀ ਕਰ ਰਿਹਾ ਹੈ ਦੂਜਾ ਆਦਮੀ ਕਹਿੰਦਾ ਸਾਧੂ ਨਹੀਂ ਕੋਈ ਮਸਤ ਲੱਗ ਰਿਹਾ ਹੈ ਤੀਜਾ ਆਦਮੀ ਬੋਲਿਆ ਇਸ ਵਿਚਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੂਰਜ ਕਿੱਧਰ ਹੈ ਇਹ ਤਾਂ ਸੂਰਜ ਵੱਲ ਪੈਠ ਕਰਕੇ ਉਲਟ ਪਾਸੇ ਪਾਣੀ ਛੁੱਟੀ ਜਾ ਰਿਹਾ ਹੈ ਤੀਜਾ ਆਦਮੀ ਬੋਲਿਆ ਮਸਤ ਜੀ ਸੁਣੋ ਇਹ ਪਾਣੀ ਤੁਹਾਡੇ ਪਿੱਤਰਾਂ ਤੱਕ ਨਹੀਂ ਪਹੁੰਚੇਗਾ ਪਿੱਤਰ ਭਾਵ ਉਹਨਾਂ ਦੇ ਵੱਡ-ਵਡੇਰੇ ਜੋ ਮਰ ਚੁੱਕੇ ਹਨ केंद्र उन्होंने तक नहीं पहुंचेगा तो मेहनत बेकार जा रही है चौथा आदमी बोलिया अरे भाई सूरज आपके पीछे है ये क्या कर रहे हो इतनी भी समझ नहीं है क्या पंजा बोलिया मस्त जी रुक जाओ अच्छा ये तो दसो कि आखिर तुम सूरज के उल्ट पछे पास पछम वाणी क्यों सुट रहे हो गुरु जी बोले ਮਾਫ ਕਰਨਾ ਭਾਈ ਜਨੂ ਮੈਂ ਸੂਰਜ ਨੂੰ ਨਹੀਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਜੋ ਕਿ ਪੰਜਾਬ ਵਿੱਚ ਹਨ ਮੀਨਾ ਪੈਣ ਕਰਕੇ ਮੇਰੇ ਖੇਤ ਸੁੱਕ ਰਹੇ ਹਨ ਮੇਰੀ ਫਸਲ ਬਰਬਾਦ ਹੋ ਰਹੀ ਹੈ ਮੇਰੇ ਕੋ ਤੁਹਾਡੇ ਨਾਲ ਜਵਾਬ ਸਵਾਲ ਕਰਨ ਦਾ ਸਮਾਂ ਨਹੀਂ ਹੈ ਮੈਂ ਆਪਣੇ ਖੇਤਾਂ ਨੂੰ ਸਿੰਜ ਰਿਹਾ ਹਾਂ ਸਿੰਜ ਰਿਹਾ ਭਾਵ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਸਿੰਜਣਾ ਪਾਵ ਖੇਤਾਂ ਨੂੰ ਪਾਣੀ ਦੇਣਾ ਸਾਰੇ ਲੋਕ ਉੱਚੀ ਉੱਚੀ ਹੱਸ ਪਏ ਲੋਕ ਕਹਿੰਦੇ ਕੀ ਤੁਸੀਂ ਪਾਗਲ ਹੋ ਇਹ ਪਾਣੀ ਜਿਹੜਾ ਤੁਹਾਡੇ ਅੱਗੇ ਕੁਝ ਹੀ ਦੂਰੀ ਤੇ ਡੈਗ ਰਿਹਾ ਹੈ ਇਹ ਪੰਜਾਬ ਤੱਕ ਕਿਵੇਂ ਪਹੁੰਚ ਜਾਏਗਾ ਪੰਜਾਬ ਇਥੋਂ ਸੈਂਕੜੇ ਮੀਲ ਦੂਰ ਹੈ ਗੁਰੂ ਜੀ ਬੋਲੇ ਕਿਉਂ ਨਹੀਂ ਪਹੁੰਚੇਗਾ ਜੇਕਰ ਤੁਹਾਡੇ ਵੱਲੋਂ ਦਿੱਤਾ ਗਿਆ ਪਾਣੀ ਤੁਹਾਡੇ ਪਿੱਤਰਾਂ ਤੱਕ ਪਹੁੰਚ ਸਕਦਾ ਹੈ ਜੋ ਕਿ ਇਸ ਦੁਨੀਆ ਤੇ ਹੈ ਵੀ ਨਹੀਂ ਉੱਥੇ ਪਹੁੰਚ ਸਕਦਾ ਹੈ ਜਿਹੜੇ ਕਿਸੇ ਹੋਰ ਲੋਕ ਵਿੱਚ ਹਨ ਕਰੋੜਾਂ ਮੀਲ ਇੱਥੋਂ ਦੂਰ ਹਨ ਉਹਨਾਂ ਦਾ ਪੱਕਾ ਪਤਾ ਵੀ ਨਹੀਂ ਹੈ ਕਿ ਉਹ ਕਿੱਥੇ ਹਨ ਫਿਰ ਮੇਰੇ ਵੱਲੋਂ ਸੁੱਟਿਆ ਗਿਆ ਪਾਣੀ ਪੰਜਾਬ ਤੱਕ ਕਿਉਂ ਨਹੀਂ ਪਹੁੰਚ ਸਕਦਾ ਪੰਜਾਬ ਤਾਂ ਇਸ ਧਰਤੀ ਤੇ ਹੀ ਹੈ ਮੈਨੂੰ ਆਪਣੇ ਖੇਤਾਂ ਦਾ ਵੀ ਪਤਾ ਹੈ ਕਿ ਉਹ ਪੰਜਾਬ ਦੇ ਕਿਹੜੇ ਹਿੱਸੇ ਵਿੱਚ ਹਨ ਗੁਰੂ ਜੀ ਨੇ ਉਹਨਾਂ ਲੋਕਾਂ ਦਾ ਇਹ ਜਵਾਬ ਦਿੱਤਾ ਲੋਕ ਕਹਿੰਦੇ ਇਹ ਕੋਈ ਮਸਤ ਨਹੀਂ ਪਹੁੰਚਿਆ ਹੋਇਆ ਸਾਧੂ ਫਕੀਰ ਹੈ ਕੋਈ ਪੂਰਨਪੁਰਖ ਹੈ ਪੂਰਨਪੁਰਖ ਭਾਵ ਕੋਈ ਸੰਤਪੁਰਸ਼ ਹੈ ਪੂਰਨਪੁਰਖ ਤਰਥਾਤ ਹੈ ਸੰਤਪੁਰਸ਼ ਜਾਂ ਫਿਰ ਮਹਾਪੁਰਸ਼ ਸਾਨੂੰ ਇਹਨਾਂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਲੋਕ ਬੋਲੇ हे ਰੱਬ ਦੇ ਬੰਦੇ ਸਾਨੂੰ ਹੋਰ ਗਿਆਨ ਬਖਸ਼ੋ ਸਾਡਾ ਅੰਧਕਾਰ ਦੂਰ ਕਰੋ ਅੰਧਕਾਰ ਭਾਵ ਪੁਲੇਖੇ ਵਹਿਮ ਪਰਮ ਸਾਨੂੰ ਤੁਹਾਡੀਆਂ ਗੱਲਾਂ ਬਹੁਤ ਸੁੱਖ ਦੇ ਰਹੀਆਂ ਹਨ ਸਾਨੂੰ ਸੱਚ ਦਾ ਰਾਹ ਦਿਖਾਓ ਗੁਰੂ ਜੀ ਬੋਲੇ ਪਾਈ ਜਨੋ ਜੋ ਨੇਕ ਕਰਮ ਅਸੀਂ ਜਿਉਂਦੇ ਜੀ ਕਰਦੇ ਹਾਂ ਉਹ ਹੀ ਸਾਡੇ ਨਾਲ ਜਾਂਦੇ ਹਨ ਪਰਮੇਸ਼ਵਰ ਦਾ ਨਾਮ ਜਿਹੜਾ ਅਸੀਂ ਆਪ ਜਪਿਆ ਹੁੰਦਾ ਹੈ ਉਹ ਸਾਡੇ ਨਾਲ ਜਾਂਦਾ ਹੈ ਮਾਤਾ ਪਿਤਾ ਦੀ ਸੇਵਾ ਜਿਹੜੀ ਅਸੀਂ ਉਹਨਾਂ ਦੇ ਜਿਉਂਦਿਆਂ ਕੀਤੀ ਹੁੰਦੀ ਹੈ ਉਸ ਦਾ ਫਲ ਮਿਲਦਾ ਹੈ ਸਾਨੂੰ ਜਿਉਂਦੇ ਜੀ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਮਰਨ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਮਿਲਦਾ ਲੋਕ ਬੋਲੇ ਗੁਰੂ ਜੀ ਕੁਝ ਦਿਨ ਸਾਡੇ ਕੋਲ ਰਹੋ ਆਪ ਜੀ ਦੀ ਸੰਗਤ ਵਿੱਚ ਰਹਿ ਕੇ ਸਾਡਾ ਜੀਵਨ ਧਨ ਹੋ ਜਾਏਗਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਹਰਦਵਾਰ ਵਿੱਚ ਲੋਕਾਂ ਨੂੰ ਸਿੱਤੇ ਰਾਤੇ ਪਾਇਆ ਉਹਨਾਂ ਨੂੰ ਵਹਿਮਾਂ ਪਰਮਾਂ ਦੇ ਵਿੱਚੋਂ ਕੱਢ ਕੇ ਸੱਚ ਦੇ ਮਾਰਗ ਦੇ ਉੱਪਰ ਚਲਾਇਆ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਇੱਕ ਮਹੀਨਾ ਹਰਦਵਾਰ ਰਹੇ ਹਰ ਰੋਜ਼ ਸੰਗਤ ਲੱਗਦੀ ਸੀ ਬਾਣੀ ਦਾ ਕੀਰਤਨ ਗੁਰੂ ਜੀ ਦੇ ਦਰਸ਼ਨ ਨਾਮ ਅਭਿਆਸ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਜਾਂਦੇ ਪ੍ਰਵਚਨ ਸੁਣ ਕੇ ਸੰਗਤਾਂ ਨਿਹਾਲ ਹੋ ਰਹੀਆਂ ਸਨ ਨਿਹਾਲ ਭਾਵ ਖੁਸ਼ ਹੋ ਰਹੀਆਂ ਸਨ ਦਿਲ ਦਿਲ ਖੁਸ਼ ਹੋ ਰਹੇ ਸਨ ਲੋਕਾਂ ਵਿੱਚ ਆਤਮ ਵਿਸ਼ਵਾਸ ਅਤੇ ਅਲੌਕਿਕ ਖੁਸ਼ੀ ਪਰ ਰਹੀ ਸੀ ਅਲੌਕਿਕ ਭਾਵ ਚਮਤਕਾਰੀ ਵੇਖ ਕਿਸਮ ਦੀ ਚਮਤਕਾਰੀ ਅਦਭੁਤ ਖੁਸ਼ੀ ਮਿਲ ਰਹੀ ਸੀ ਉਹਨਾਂ ਨੂੰ ਗੁਰੂ ਜੀ ਨੇ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦ੍ਰਿੜ ਕਰਾ ਕੇ ਸੰਗਤਾਂ ਪਾਸੋਂ ਵਿਦਾਈ ਲਈ ਵਿਦਾਈ ਅਰਥਾਤ ਵਿਯੋਥੋਂ ਚੱਲੇ ਪਾਈ ਅਤੇ ਅਗਲੇ ਸਫਰ ਲਈ ਚੱਲ ਪਏ ਭਾਗ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀਆਂ ਦੌਰਾਨ ਅਨੇਕਾਂ ਲੋਕਾਂ ਨੂੰ ਸਿੱਧੇ ਰਾਹ ਤੇ ਪਾਇਆ ਗੁਰਾਹੇ ਪਏ ਹੋ ਲੋਕਾਂ ਨੂੰ ਆਪਣੇ ਸੱਚੇ ਉਪਦੇਸ਼ ਨਾਲ ਉਹਨਾਂ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਨਾਮ ਜਪੋ ਕਿਰਤ ਕਰੋ ਦੇ ਵੰਡ ਛਕੋ ਦਾ